ਪ੍ਰੀਤ ਅਕਾਲ ਦੋਸਤੋ ਸਾਡਾ ਟੀਵੀ ਯੂਐਸਏ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਅਸੀਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਇੱਕ ਨਵੀਂ ਜਾਣਕਾਰੀ ਭਰਪੂਰ ਵੀਡੀਓ ਤੇ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਨੱਥੂ ਰਾਮ ਗੋੜਸੇ ਬਾਰੇ ਅੱਜ 30 ਜਨਵਰੀਆ ਅੱਜ ਦੇ ਦਿਨ ਸਾਲ 1948 ਦੇ ਵਿੱਚ ਨੱਥੂ ਰਾਮ ਗੋੜਸੇ ਵੱਲੋਂ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਕਤਲ ਕੀਤਾ ਗਿਆ ਜਿਕਰੇ ਜੋਗ ਹੈ ਕਿ ਨੱਥੂ ਰਾਮ ਗੋੜਸੇ ਅਰਹਸ ਦਾ ਵਰਕਰ ਸੀ ਅੱਜ ਦੀ ਇਸ ਵੀਡੀਓ ਚ ਆਪਾਂ ਨੱਥੂ ਰਾਮ ਗੋੜਸੇ ਬਾਰੇ ਤੇ ਮਹਾਤਮਾ ਗਾਂਧੀ ਤੇ ਨਥੁਰਮ ਗੋਡਸੇ ਦੇ ਵਿਵਾਦ ਬਾਰੇ ਜਾਣਕਾਰੀ ਲੈਂਦੀ ਕੋਸ਼ਿਸ਼ ਕਰਾਂਗੇ। ਰਾਸ਼ਟਰ ਪਿਤਾ ਵਜੋਂ ਜਾਣੇ ਜਾਂਦੇ ਮੋਹਨਦਾਸ ਕਰਮਚੰਦ ਗਾਂਧੀ ਨੂੰ ਪਿਆਰ ਨਾਲ ਮਹਾਤਮਾ ਗਾਂਧੀ ਜਾਂ ਬਾਪੂ ਗਾਂਧੀ ਵੀ ਕਿਹਾ ਜਾਂਦਾ ਸੀ। 30 ਜਨਵਰੀ 1948 ਨੂੰ ਨਥੂਰਾਮ ਗੋਡਸੇ ਵੱਲੋਂ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ। ਮਹਾਤਮਾ ਗਾਂਧੀ ਇੱਕ ਵਕੀਲ ਸਨ ਜੋ ਬਾਅਦ ਵਿੱਚ ਸਿਆਸਤਦਾਨ ਬਣੇ। ਉਹ ਸਮਾਜ ਸੁਧਾਰਕ ਅਤੇ ਰਾਸ਼ਟਰਵਾਦੀ ਸਨ। ਉਹ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਸਭ ਤੋਂ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਇੱਕ ਸਨ। ਉਹ ਆਪਣੇ ਸ਼ਾਂਤਮਈ ਤਰੀਕੇ ਲਈ ਸਤਿਕਾਰੇ ਗਏ ਸਨ ਇਸ ਦੇ ਬਾਵਜੂਦ ਉਹਨਾਂ ਨੂੰ ਗੋਟਸੇ ਨੇ ਬਿਰਲਾ ਹਾਊਸ ਪਰਿਸਰ ਵਿੱਚ ਤਿੰਨ ਵਾਰ ਛਾਤੀ ਅਤੇ ਪੇਟ 'ਚ ਗੋਲੀਆਂ ਮਾਰੀਆਂ ਕੌਣ ਸੀ ਗੋਟਸੇ ਗੌਰసే ਜੋ ਹਿੰਦੂ ਮਹਾਸਭਾ ਦਾ ਮੈਂਬਰ ਸੀ ਦਾ ਵਿਚਾਰ ਸੀ ਕਿ ਵੰਡ ਵੇਲੇ ਗਾਂਧੀ ਹਿੰਦੂਆਂ ਨਾਲੋਂ ਮੁਸਲਮਾਨਾਂ ਦਾ ਪੱਖ ਜ਼ਿਆਦਾ ਪੂਰਦਾ ਸੀ ਹਾਈ ਸਕੂਲ ਛੱਡਣ ਤੋਂ ਬਾਅਦ ਨਤੂਰਾਮ ਗੌਰసే ਰਾਸ਼ਟਰੀ ਸਵੈਮ ਸੇਵਕ ਸੰਗ ਦਾ ਹਿੱਸਾ ਬਣ ਗਿਆ ਜੋ ਇੱਕ ਹਿੰਦੂ ਰਾਸ਼ਟਰਵਾਦੀ ਅਰਧ ਸੈਨਿਕ ਸੰਗਠਨ ਅਤੇ ਰਾਜਨੀਤਿਕ ਪਾਰਟੀ ਹਿੰਦੂ ਮਹਾਸਭਾ ਹੈ ਗੌਰਸੇ ਇੱਕ ਦੇਵਤੇ ਨੂੰ ਨਹੀਂ ਮੰਨਦੇ ਸਨ ਜੋ ਗਾਂਧੀ ਦੀਆਂ ਸਾਰੀਆਂ ਸਿੱਖਿਆਵਾਂ ਦਾ ਮੁੱਢਲਾ ਸੀ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਇੱਕ ਭੀੜ ਨੂੰ ਮਿਲਣ ਲਈ ਲਾਣ ਵਿੱਚ ਕੁਮਰੇ ਸਨ ਭੀੜ ਵਿੱਚ ਗੋਡਸੇ ਅਤੇ ਨਰਾਇਣ ਆਪੇ ਉਸਦੇ ਦੋਸਤ ਅਤੇ ਸਹਿ-ਸ਼ਾਜਿਸ਼ਕਰਤਾ ਉਸਦੀ ਹਤਿਆ ਦਾ ਇੰਤਜ਼ਾਰ ਕਰਦੇ ਸਨ ਗੋਡਸੇ ਗਾਂਧੀ ਦੇ ਸਾਹਮਣੇ ਪੇਸ਼ ਹੋਏ ਉਹਨਾਂ ਦੇ ਪੈਰਾਂ ਨੂੰ ਛੂਨ ਲਈ ਚੁੱਕਿਆ ਜਿਸ ਤੋਂ ਬਾਅਦ ਉਸਨੇ ਗਾਂਧੀ ਨੂੰ ਪੁਆਇੰਟ ਬਲੈਕ ਤੋਂ ਗੋਲੀਆਂ ਮਾਰੀਆਂ ਉਹਨਾਂ ਨੂੰ 6 ਹੋਰ ਸਹਿ-ਸ਼ਾਜਿਸ਼ ਰਚਨ ਵਾਲਿਆਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਤੇ ਗਾਂਧੀ ਦੀ ਹਤਿਆ ਦਾ ਮੁਕੱਦਮਾ ਪੂਰਾ 1 ਸਾਲ ਚੱਲਦਾ ਰਿਹਾ ਉਸ ਨੂੰ 8 ਨਵੰਬਰ 1949 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਆਪਟੇ ਦੇ ਨਾਲ 15 ਨਵੰਬਰ 1949 ਨੂੰ ਫਾਤਸੀ ਦਿੱਤੀ ਗਈ ਸ਼ਹੀਦੀ ਦਿਵਸ ਤੇ ਰਾਸ਼ਟਰਪਤੀ ਉਪਰਾਸ਼ਟਰਪਤੀ ਪ੍ਰਧਾਨ ਮੰਤਰੀ ਦੇਸ਼ ਦੇ ਰੱਖਿਆ ਮੰਤਰੀ ਤੇ ਤਿੰਨ ਸੇਵਾ ਮੁਖੀਆਂ ਨੇ ਉਹਨਾਂ ਦੀ ਸਮਾਦੀ ਤੇ ਬਹਾਰੰਗ ਫੁੱਲਾਂ ਨਾਲ ਮੱਥਾ ਟੇਕਿਆ ਦਿੱਲੀ ਦੇ ਰਾਜਘਾਟ ਵਿਖੇ ਸਵੇਰੇ 11 ਵਜੇ ਮਹਾਤਮਾ ਗਾਂਧੀ ਅਤੇ ਹੋਰ ਸ਼ਹੀਦਾਂ ਨੂੰ ਯਾਦ ਕਰਦੇ 2 ਮਿੰਟ ਦਾ ਮਾਉਂਟ ਰੱਖਿਆ ਗਿਆ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਆਪਣੀ ਜ਼ਿੰਦਗੀ ਦੇ ਦਿੱਤੀ ਤਾਂ ਦੋਸਤੋ ਇਹ ਸੀ ਨਥੂਰਾਮ ਗੋੜਸੇ ਬਾਰੇ ਸੰਖੇਪ ਜੀ ਜਾਣਕਾਰੀ ਜਿਨ੍ਹਾਂ ਨੇ ਅੱਜ ਦੇ ਦਿਨ ਸਾਲ 1948 ਦੇ ਵਿੱਚ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਇਹੋ ਜਿਹੀਆਂ ਹੋਰ ਜਾਣਕਾਰੀਆਂ ਤੇ ਭਰਪੂਰ ਵੀਡੀਓਜ਼ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈ ਜ਼ਰੂਰ ਕਰੋ ਜਲਦੀ ਮਿਲਦੇ ਆ ਇੱਕ ਨਵੀਂ ਤੇ ਹੋਰ ਜਾਣਕਾਰੀ ਭਰਪੂਰ ਵੀਡੀਓ ਨਾਲ ਤਦ ਤੱਕ ਲਈ ਸਾਥ